ਹਰ ਸਾਲ ਵਿਸ਼ਵ ਭਰ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਜੋ ਕਿ 21 ਫਰਵਰੀ ਨੂੰ ਮਨਾਇਆ ਜਾਂਦਾ ਹੈ, ਉਸ ਦੇ ਸੰਬੰਧ ਵਿੱਚ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਫਗਵਾੜਾ, ਸੰਗੀਤ ਦਰਪਣ ਮੈਗਜ਼ੀਨ ਅਤੇ ਪੰਜਾਬੀ ਵਿਰਸਾ ਟਰੱਸਟ ਵੱਲੋਂ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਇੱਕ ਚੇਤਨਾ ਮਾਰਚ ਕੱਢਿਆ ਗਿਆ। ਇਸ ਚੇਤਨਾ ਮਾਰਚ ਵਿੱਚ ਸ਼ਹਿਰ ਦੇ ਉੱਘੇ ਬੁੱਧੀਜੀਵੀ, ਸਕੂਲੀ ਬੱਚਿਆਂ ਤੋਂ ਇਲਾਵਾ ਰਾਜਨੀਤਿਕ, ਧਾਰਮਿਕ ਅਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਇਹ ਚੇਤਨਾ ਮਾਰਚ ਗੁਰੂ ਹਰਗੋਬਿੰਦ ਨਗਰ ਬਲੱਡ ਬੈਂਕ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਬਲੱਡ ਬੈਂਕ ਵਿਖੇ ਸਮਾਪਤ ਹੋਇਆ। ਇਸ ਚੇਤਨਾ ਮਾਰਚ ਦੌਰਾਨ ਬੱਚਿਆਂ ਵੱਲੋਂ ਹੱਥਾਂ ਵਿੱਚ ਸਲੋਗਨ ਫੜ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਅਤੇ ਪੰਜਾਬੀ ਲਿਖੋ ਦੇ ਸਲੋਗਨਾਂ ਰਾਹੀਂ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੱਤੇ ਗਏ। ਇਸ ਚੇਤਨਾ ਮਾਰਚ ਦੀ ਅਗਵਾਈ ਕਰ ਰਹੇ ਤਰਨਜੀਤ ਸਿੰਘ ਕਿੰਨਰਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਅਤੇ ਉਸਨੂੰ ਹਮੇਸ਼ਾ ਪਿਆਰ ਕਰਦੇ ਰਹਿਣਾ ਚਾਹੀਦਾ ਅਤੇ ਹਰ ਘਰ ਵਿੱਚ ਪੰਜਾਬੀ ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਚੇਤਨਾ ਮਾਰਚ ਦੌਰਾਨ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ, SP ਫਗਵਾੜਾ ਰੁਪਿੰਦਰ ਕੌਰ ਭੱਟੀ, ਹਰਮਿੰਦਰ ਸਿੰਘ ਬਸਰਾ, ਗੁਰਮੀਤ ਸਿੰਘ ਪਲਾਹੀ, ਪ੍ਰੋਫੈਸਰ ਜਸਵੰਤ ਸਿੰਘ ਗੰਡਮਾ, ਭਾਜਪਾ ਆਗੂ ਆਸ਼ੂ ਸਾਂਪਲਾ ਅਤੇ ਡਾਕਟਰ ਰਾਜਨ ਤੋਂ ਇਲਾਵਾ ਹੋਰ ਕਈ ਬੁਲਾਰਿਆਂ ਨੇ ਵੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਆਵਾਜ਼ ਉਠਾਈ। ਉਹਨਾਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਅਤੇ ਸਕੂਲਾਂ ਵਿੱਚ ਵੀ ਹਿੰਦੀ ਦੇ ਨਾਲ ਨਾਲ ਪੰਜਾਬੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਚੇਤਨਾ ਮਾਰਚ ਵਿੱਚ ਹਿੱਸਾ ਲੈਣ ਆਏ ਬੱਚਿਆਂ ਲਈ ਸ਼੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਬਿਸਕੁਟ ਵੀ ਵੰਡੇ। ਸਤਿ ਸ਼੍ਰੀ ਅਕਾਲ, ਮੈਂ ਕੁਲਜੀਤ ਕੌਰ BK ਦੇ ਸੈਪਲ ਆਟੋ ਸਕੂਲ ਦੀ ਵਿਦਿਆਰਥਣ ਹਾਂ। ਅੱਜ ਅਸੀਂ ਪੰਜਾਬੀ ਦਿਵਸ ਦੇ ਮੌਕੇ 'ਤੇ ਰੈਲੀ ਕੱਢਣ ਆਏ ਹਾਂ। ਸਾਨੂੰ ਪੰਜਾਬੀ ਭੁੱਲਣੀ ਨਹੀਂ ਚਾਹੀਦੀ, ਸਾਨੂੰ ਪੰਜਾਬੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੰਜਾਬੀ ਸਾਡੀ ਜਾਨ ਵਰਗੀ, ਪੰਜਾਬੀ ਸਾਡੀ ਪਹਿਚਾਣ ਵਰਗੀ। ਧੰਨਵਾਦ। ਅੱਜ ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਸਮੂਹ ਦੇਸ਼ ਵਿਦੇਸ਼ ਦੇ ਵੱਸਦੇ ਪੰਜਾਬੀਆਂ ਨੂੰ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਮਾਂ ਬੋਲੀ ਦਿਵਸ 'ਤੇ ਅਸੀਂ ਫਗਵਾੜਾ ਗੁਰੂ ਹਰਗੋਬਿੰਦ ਨਗਰ ਤੋਂ ਬਲੱਡ ਬੈਂਕ ਤੋਂ ਵਿਸ਼ਾਲ ਮਾਰਚ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਵੱਖ ਵੱਖ ਸਕੂਲਾਂ ਦੇ ਬੱਚੇ, ਬੁੱਧੀਜੀਵੀ, ਲੇਖਕ, ਪੱਤਰਕਾਰ, ਸ਼ਹਿਰ ਭਾਈਚਾਰਾ, ਡਾਕਟਰ ਸਾਰੇ ਇਸ ਮਾਰਚ ਦੇ ਵਿੱਚ ਸ਼ਾਮਿਲ ਹੋ ਰਹੇ ਆ ਅਤੇ ਸਮੂਹ ਫਗਵਾੜਾ ਨਿਵਾਸੀਆਂ ਨੂੰ ਬੇਨਤੀ ਹੈ, ਆਓ ਇਸ ਮਾਰਚ ਦਾ ਹਿੱਸਾ ਬਣੀਏ। ਆਪਣੇ ਦਫ਼ਤਰਾਂ ਦੇ ਵਿੱਚ, ਹਰ ਘਰ ਦੇ ਵਿੱਚ ਬੋਰਡ ਆਪਣੇ ਪੰਜਾਬੀ ਦੇ ਵਿੱਚ ਲਿਖੀਏ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੀਏ, ਪੰਜਾਬੀ ਦਾ ਮਾਣ ਵਧਾਈਏ। ਪੰਜਾਬੀ ਸਾਡੀ ਜਿਹੜੀ ਜ਼ੁਬਾਨ ਹੈ, ਇਹ ਮਾਂ ਤੋਂ ਮਿੱਠੀ ਜ਼ੁਬਾਨ ਹੈ ਸਾਡੀ। ਇਸ ਦਾ ਮਾਂ ਬੋਲੀ ਨੂੰ ਜਿੰਨਾ ਅਸੀਂ ਉੱਪਰ ਚੱਕਾਂਗੇ ਦੇਸ਼ ਵਿਦੇਸ਼ ਦੇ ਵਿੱਚ, ਸਾਡਾ ਓਨਾ ਹੀ ਸਿਰ ਹੋਰ ਉੱਚਾ ਚੁੱਕਾ ਹੋਵੇਗਾ। ਅਸੀਂ ਪੰਜਾਬੀ ਹਿਤੈਸ਼ੀ ਇਕੱਠੇ ਹੋ ਕੇ ਪੰਜਾਬੀ ਚੇਤਨਾ ਮਾਰਚ ਜਿਹੜਾ ਹੈ ਉਹ ਕੱਢ ਰਹੇ ਹਾਂ। ਇਹ ਸਾਡੀ ਮਾਂ ਬੋਲੀ ਪੰਜਾਬੀ ਦੇ ਸੰਬੰਧ ਵਿੱਚ ਹੈ। ਅਸੀਂ ਜਿੰਨੇ ਵੀ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਆਏ ਹਨ, ਲੋਕ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਨੇ, ਜਿੰਨੇ ਲੇਖਕ, ਬੁੱਧੀਜੀਵੀ, ਹੋਰ ਲੋਕ ਪਹੁੰਚੇ ਨੇ, ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਰੀ ਸ਼ਿੱਦਤ ਦੇ ਨਾਲ ਅੱਜ ਦੇ ਇਸ ਮਾਰਚ ਦੇ ਵਿੱਚ ਹਿੱਸਾ ਲਿਆ। ਕੌਮਾਂਤਰੀ ਮਾਂ ਬੋਲੀ ਦਿਵਸ ਹੈ ਜੋ ਹਰ ਸਾਲ 21 ਫਰਵਰੀ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਯੂਨੈਸਕੋ ਵੱਲੋਂ ਮਾਨਤਾ ਪ੍ਰਾਪਤ ਦਿਵਸ ਹੈ। ਇਹਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਜਿਹੜੀ ਹੈ ਉਹਨੂੰ ਉਤਸ਼ਾਹਿਤ ਕਰਨ ਦੇ ਲਈ ਜਾਗਰਤੀ ਦੇ ਇੱਕ ਚੇਤਨਾ ਮਾਰਚ ਹਰ ਸਾਲ ਕੱਢਦੇ ਹਾਂ। ਯੂਨੈਸਕੋ ਨੇ ਇਸ ਸਾਲ ਦਾ ਜੋ ਮਾਂ ਬੋਲੀ ਦਾ ਇਸ ਦਿਵਸ ਦਾ ਜੋ ਥੀਮ ਹੈ, ਕੇਂਦਰ ਬਿੰਦੂ ਹੈ, ਉਹ ਇਹ ਰੱਖਿਆ ਹੈ ਕਿ ਬਹੁ ਭਾਸ਼ਾਵਾਦ ਜਿਹੜਾ ਹੈ, ਇਹਨੂੰ ਮਲਟੀਲਿੰਗੁਲਿਜ਼ਮ ਕਹਿੰਦੇ ਅੰਗਰੇਜ਼ੀ ਵਿੱਚ,
ਬਹੁ ਭਾਸ਼ਾਵਾਦ ਜਿਹੜਾ ਹੈ ਇਹਦੇ ਵਿੱਚ ਜਿਹੜੀ ਵਿੱਦਿਆ ਦਿੱਤੀ ਜਾਂਦੀ ਹੈ ਇਹ ਅੰਤਰ ਪੀੜ੍ਹੀ ਸਿੱਖਿਆ ਦਾ ਧੁਰਾ ਹੈ, ਥੰਮ ਹੈ। ਪੂਰੇ ਵਿਸ਼ਵ ਦੇ ਵਿੱਚ ਬਹੁ ਭਾਸ਼ਾਵਾਦ, ਸੱਭਿਆਚਾਰਕ ਵਿਭਿੰਨਤਾ ਅਤੇ ਭਾਸ਼ਾਈ ਵੰਨਸਵੰਨਤਾ ਜਿਹੜੀ ਹੈ ਇਹਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਪੰਜਾਬੀ ਜਿਹੜੀ ਹੈ ਇਹਦਾ ਜ਼ਾਤ ਨਾਲ ਕੋਈ ਤਲਕ ਨਹੀਂ, ਪੰਜਾਬੀ ਹਰ ਪੰਜਾਬੀ ਦੀ ਭਾਸ਼ਾ ਹੈ, ਪੰਜਾਬੀ ਹਿੰਦੂਆਂ ਦੀ ਭਾਸ਼ਾ ਹੈ, ਸਿੱਖਾਂ ਦੀ ਭਾਸ਼ਾ ਹੈ, ਮੁਸਲਮਾਨਾਂ ਦੀ ਭਾਸ਼ਾ ਹੈ, ਜੈਨੀਆਂ, ਬੋਧੀਆਂ, ਦਲਿਤ, ਐਸੀਸ, ਜਿੰਨੇ ਵੀ ਪੰਜਾਬ ਦੇ ਇਸ ਖਿੱਤੇ ਦੇ ਵਿੱਚ ਪੈਦਾ ਹੋਏ ਹੈ ਜਾਂ ਬਾਹਰ ਵੱਸਦੇ ਹੈ, 14-15 ਕਰੋੜ ਪੰਜਾਬੀ ਹੈ, ਸ਼ਾਇਦ ਇੱਦੋਂ ਵੀ ਵਾਧੂ ਹੋਣ, ਇੱਕ ਦਿਨ ਮੈਂ ਪੜ੍ਹ ਰਿਹਾ ਸੀ 13 ਕਰੋੜ ਤਾਂ ਪਾਕਿਸਤਾਨ ਦੇ ਵਿੱਚ ਹੀ ਹੈ, ਹਾਲਾਂਕਿ ਉੱਥੇ ਮਾਂ ਬੋਲੀ ਜਿਹੜੀ ਹੈ ਉਹ ਰਾਸ਼ਟਰੀ ਭਾਸ਼ਾ ਨਹੀਂ, ਉਰਦੂ ਆ, ਉਹਨਾਂ ਦੀ ਲਿਪੀ ਵੀ ਸ਼ਾਹਮੁਖੀ ਹੈ। ਚਲੋ ਇਹਦੀ ਵੀ ਲਿਪੀਆਂ ਦੋ ਹੋ ਸਕਦੀ ਹੈ। ਜਿੰਨੇ ਬਾਹਰਲੇ ਮੁਲਕਾਂ 'ਚ ਵੱਸਦੇ ਆ, ਪੰਜਾਬ ਤੋਂ ਬਾਹਰ ਵੱਸਦੇ ਆ, ਮੈਨੂੰ ਲੱਗਦਾ ਗੁਰਮੀਤ ਕੋਲ ਅੰਕੜੇ ਜ਼ਿਆਦਾ ਹੁੰਦੇ ਆ, 16-17 ਕਰੋੜ ਤਾਂ ਪੰਜਾਬੀ ਜ਼ਰੂਰ ਹੋਣਗੇ ਦੁਨੀਆ 'ਚ। ਇਹਨਾਂ ਦੀ ਭਾਸ਼ਾ ਵੀ ਜਿਹੜੀ ਹੈ ਜਿਹਨੂੰ ਆਪਾਂ 10ਵੀਂ ਭਾਸ਼ਾ ਗਿਣਦੇ ਹਾਂ ਮੁਲਕ ਦੀ, ਇਹਦੇ ਉੱਤੇ ਮਾਣ ਨਹੀਂ ਕਰਨਾ ਤਾਂ ਫਿਰ ਕਿਹੜੀ ਗੱਲ ਦੇ ਉੱਤੇ ਮਾਣ ਕਰਨਾ? ਲਿਪੀ ਸਿੱਖੋ, ਜ਼ਰੂਰ ਸਿੱਖੋ, ਜੇ ਲਿਪੀ ਨਾ ਰਹੀ ਤਾਂ ਬੋਲਣ ਵਾਲੇ ਸਾਡੇ ਵਰਗੇ ਮਰੀ ਜਾਣੇ ਹੈ, ਲਿਪੀ ਤੋਂ ਬਿਨਾਂ ਪੰਜਾਬੀ ਜ਼ਿੰਦਾ ਨਹੀਂ ਰਹਿਣੀ, ਲਿਪੀ ਵੀ ਜ਼ਰੂਰ ਸਿੱਖੋ। ਪੰਜਾਬੀ ਮਾਂ ਬੋਲੀ ਦਿਵਸ ਦੇ ਉੱਤੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨੂੰ ਪ੍ਰਚਲਿਤ ਕਰਨ ਦੇ ਲਈ ਅਲੱਗ ਅਲੱਗ ਮਾਰਚ ਕੱਢੇ ਜਾ ਰਹੇ ਜਾਂ ਹੋਰ ਉਪਰਾਲੇ ਕੀਤੇ ਜਾ ਰਹੇ ਆ, ਉੱਥੇ ਫਗਵਾੜਾ ਵਿੱਚ ਵੀ ਤਰਨਜੀਤ ਸਿੰਘ ਕਿੰਨਾ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਬਹੁਤ ਅੱਛਾ ਉਪਰਾਲਾ ਫਗਵਾੜਾ ਵਿੱਚ ਪੰਜਾਬੀ ਮਾਂ ਬੋਲੀ ਦਾ ਮਾਰਚ ਕੱਢ ਕੇ ਕੀਤਾ ਜਾ ਰਿਹਾ। ਅਤੇ ਮੈਂ ਇਹ ਕਹਾਂਗਾ ਕਿ ਜਿਸ ਕੌਮ ਦੀ ਬੋਲੀ ਮਰ ਜਾਂਦੀ ਆ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਆ, ਇਸ ਕਰਕੇ ਲੋੜ ਆ ਅੱਜ ਸਾਨੂੰ ਪੰਜਾਬੀ ਉੱਤੇ ਪਹਿਰਾ ਦੇਣ ਦੀ। ਆਪਾਂ ਘਰਾਂ ਵਿੱਚ ਇਹ ਫੈਸ਼ਨ ਨਾ ਚਲਾਈਏ ਕਿ ਬੱਚੇ ਹਿੰਦੀ ਬੋਲਣ, ਹਿੰਦੀ ਬੋਲਣ ਵਾਲਾ ਪੜ੍ਹਿਆ ਲਿਖਿਆ ਹੁੰਦਾ, ਇਹ ਸੋਚ ਆਪਣੇ ਦਿਮਾਗ ਵਿੱਚੋਂ ਕੱਢੀਏ। ਅਤੇ ਆਪਾਂ ਸਕੂਲਾਂ ਦੇ ਵਿੱਚ ਜਿਹੜਾ ਪੰਜਾਬੀ ਬੋਲਣ 'ਤੇ ਫਾਈਨ ਲੱਗਦਾ ਜਾਂ ਹੋਰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ, ਇਸ ਚੀਜ਼ ਨੂੰ ਜਿਹੜੇ ਪ੍ਰਚਲਿਤ ਹੋ ਰਿਹਾ ਆ ਇਹਨੂੰ ਦੂਰ ਕਰੀਏ ਅਤੇ ਆਪਾਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈਏ, ਆਪਣੇ ਵਿਰਸੇ ਨਾਲ ਜੁੜੀਏ। ਇਹੀ ਸੰਦੇਸ਼ ਮੈਂ ਅੱਜ ਦੇ ਮੌਕੇ ਉੱਤੇ ਦਿੰਦਾ ਅਤੇ ਸਾਰਿਆਂ ਨੂੰ ਕਹਿੰਦਾ ਕਿ ਪੰਜਾਬੀ ਦੇ ਨਾਲ ਪਹਿਰਾ ਦਿਓ, ਪੰਜਾਬੀ ਦੀ ਸੰਭਾਲ। ਦੀ ਕਲਾ ਅਤੇ ਸਾਹਿਤ ਕੇਂਦਰ ਫਗਵਾੜਾ, ਸੰਗੀਤ ਦਰਪਣ, ਪੰਜਾਬੀ ਮੈਗਜ਼ੀਨ ਵੱਲੋਂ ਜੋ ਅੱਜ ਇਹ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਮੈਂ ਸਾਰੇ ਹੀ ਕਮੇਟੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਪੰਜਾਬੀ ਵਿਰਸੇ ਦੇ ਨਾਲ ਸਾਡੇ ਬੱਚਿਆਂ ਨੂੰ, ਸਾਡੇ ਨੌਜਵਾਨ ਪੀੜ੍ਹੀ ਨੂੰ ਜੋੜ ਰਹੇ ਆ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਿਆ ਕਿ ਬੱਚੇ ਜੋ ਸਕੂਲ ਦੇ ਆ ਉਹ ਇੰਗਲਿਸ਼ ਹਿੰਦੀ ਜ਼ਿਆਦਾ ਉਹਦੇ ਵੱਲ ਉਹਨਾਂ ਦਾ ਧਿਆਨ ਜ਼ਿਆਦਾ ਆ। ਮੈਂ ਇਹ ਨਹੀਂ ਕਹਿੰਦਾ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਬੱਚਿਆਂ ਨੇ ਕਈ ਤਰ੍ਹਾਂ ਦੇ ਕੰਮ ਕਰਨੇ ਹੁੰਦੇ ਅੱਜ ਕੱਲ੍ਹ, ਸੋ ਇੰਗਲਿਸ਼ ਵੀ ਜ਼ਰੂਰੀ ਆ, ਹਿੰਦੀ ਸਾਡੀ ਦੇਸ਼ ਦੀ ਮਾਂ ਬੋਲੀ ਹੈ ਉਹ ਵੀ ਜ਼ਰੂਰੀ ਹੈ, ਸਾਡੀ ਦੇਸ਼ ਦੀ ਜਿਹੜੀ ਆ ਭਾਸ਼ਾ ਆ, ਸੋ ਇਸ ਕਰਕੇ ਇਹ ਭਾਸ਼ਾਵਾਂ ਵੀ ਜ਼ਰੂਰੀ ਹੈ। ਲੇਕਿਨ ਉਹਦੇ ਨਾਲ ਨਾਲ ਅੱਜ ਕੱਲ੍ਹ ਬੱਚਿਆਂ ਨੂੰ ਜੋ ਪੰਜਾਬੀ ਦੇ ਨਾਲ ਆਪਾਂ ਟੁੱਟਦੇ ਜਾ ਰਹੇ ਹਾਂ, ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਸਾਡੇ ਬੱਚਿਆਂ ਨੂੰ, ਆਪਣੇ ਨੌਜਵਾਨ ਪੀੜ੍ਹੀ ਨੂੰ ਆਪਾਂ ਪੰਜਾਬੀਅਤ ਦੇ ਨਾਲ ਜੋੜੀਏ ਤਾਂ ਕਿ ਆਪਾਂ ਆਪਣੇ ਪੰਜਾਬ ਦਾ ਹਮੇਸ਼ਾ ਮਾਣ ਜੋ ਹੈ ਉਹ ਸਤਿਕਾਰ ਕਰੀਏ ਔਰ ਪੰਜਾਬ ਨੂੰ ਉੱਪਰ ਲੈ ਕੇ ਜਾਈਏ। ਅੱਜ ਪੰਜਾਬ ਪੰਜਾਬੀ ਮਾਂ ਬੋਲੀ ਦਿਵਸ ਦੇ ਉੱਪਰ ਅੱਜ ਵਿਸ਼ਾਲ ਦੇ ਯਾਤਰਾ ਕੱਢੀ ਜਾ ਰਹੀ ਹੈ, ਅਸੀਂ ਇਸ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਬੜਾ ਮਨ ਖੁਸ਼ ਹੋ ਰਿਹਾ ਹੈ ਕਿ ਸਾਡੀ ਜੋ ਮਾਤਰ ਭਾਸ਼ਾ ਹੈ, ਸਾਡੀ ਜੋ ਮਾਂ ਬੋਲੀ ਹੈ ਉਸ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਇਹ ਸਾਰੇ ਯੋਗਦਾਨ ਦੇ ਰਹੇ ਹਨ, ਕਿਉਂਕਿ ਜੇ ਮਾਂ ਬੋਲੀ ਜੇ ਕੋਈ ਭੁੱਲ ਜਾਵੇ ਤਾਂ ਉਹਦਾ ਮਤਲਬ ਆਪਣੀ ਜੜ੍ਹ ਤੋਂ ਟੁੱਟ ਗਿਆ। ਸੋ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਵੀ ਇਸ ਦਾ ਪਾਠ ਬਣਨ ਦਾ ਮੌਕਾ ਮਿਲਿਆ ਹੈ ਔਰ ਕੇਹੜਾ ਸਾਹਿਬ ਔਰ ਕਰਨਜੀਤ ਜੀ ਇਹ ਵੀ ਬਹੁਤ ਇਸ ਉਪਰਾਲੇ ਦੇ ਵਿੱਚ ਇਹਨਾਂ ਨੇ ਕੀਤਾ ਹੈ, ਇਹ ਵੀ ਬਹੁਤ ਵਧਾਈ ਦੇ ਪਾਤਰ ਹਨ। ਅੱਜ ਪੰਜਾਬੀ ਮਾਂ ਬੋਲੀ ਦਿਵਸ ਪੂਰੀ ਦੁਨੀਆ ਦੇ ਵਿੱਚ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਸ ਦੇ ਉਪਲਕਸ਼ ਦੇ ਵਿੱਚ ਅੱਜ ਫਗਵਾੜਾ ਵਿਖੇ ਵੀ ਤਰਨਜੀਤ ਸਿੰਘ ਕਿੰਨਰਾ ਵੱਲੋਂ ਅਤੇ ਸ਼ਹਿਰ ਦੀਆਂ ਮੌਤਵਾਰ ਹਸਤੀਆਂ ਵੱਲੋਂ ਫਗਵਾੜੇ ਦੇ ਵਿੱਚ ਵੀ ਸਾਰੇ ਰਲ ਕੇ ਦਿਵਸ ਮਨਾ ਰਹੇ ਨੇ। ਅੱਜ ਸਵੇਰੇ 10:30 ਬਲੱਡ ਬੈਂਕ ਤੋਂ ਇਹ ਜਿਹੜਾ ਵਿਸ਼ਾਲ ਇਹ ਜਿਹੜਾ ਆਪਣੇ ਅੱਜ ਜੱਥਾ ਜਿਹੜਾ ਚੱਲਿਆ ਆ, ਮਾਰਚ ਚੱਲਿਆ ਆ, ਉਹ ਅਲੱਗ ਅਲੱਗ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਸਾਡੇ ਬਾਜ਼ਾਰ
ਬੰਗਾ ਰੋਡ ਚੌਂਕ ਵਿਖੇ ਵੀ ਪਹੁੰਚੇਗਾ, ਜਿਹਦੇ ਵਿੱਚ ਸਾਡੀ ਕਲੌਥ ਮਰਚੈਂਟ ਐਸੋਸੀਏਸ਼ਨ ਵੱਲੋਂ ਵੀ ਉਹ ਬੱਚੇ ਜਿਹੜੇ ਸਕੂਲਾਂ ਦੇ ਬੱਚੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ ਉਹ ਉਹਨਾਂ ਦੇ ਫੁੱਲਾਂ ਦੀ ਉਹਨਾਂ ਦੇ ਵਰਖਾ ਕੀਤੀ ਜਾਵੇਗੀ ਅਤੇ ਉਹਨਾਂ ਦੇ ਲਈ ਸਨੈਕਸ ਦਾ ਵੀ ਅਸੀਂ ਪ੍ਰਬੰਧ ਕੀਤਾ ਆ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਰਿੰਪੀ ਕਿੰਨੜਾ ਜੀ ਸਾਡਾ ਵੀਰ, ਉਹਨਾਂ ਨੇ ਮਾਂ ਬੋਲੀ ਦਾ ਬਹੁਤ ਹੀ ਵੱਡਾ ਉਪਰਾਲਾ ਕੀਤਾ। ਦੇਖੋ ਜਿਹੜੀ ਮਾਂ ਬੋਲੀ, ਅਸੀਂ ਪਹਿਲਾ ਸ਼ਬਦ ਹੀ ਮਾਂ ਆਉਂਦਾ ਵਾ, ਜਿੱਥੇ ਮਾਂ ਆ ਗਿਆ ਉੱਥੇ ਸਾਰੀ ਚੀਜ਼ਾਂ ਦਾ ਐਂਡ ਹੋ ਜਾਂਦਾ, ਕਿਉਂਕਿ ਆਪਣੀ ਮਾਂ ਬੋਲੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ 'ਚ ਜ਼ਰੂਰ ਬੋਲੋ, ਆਪਣਾ ਕਲਚਰ ਆਪਾਂ ਨਾ ਭੁੱਲੀਏ। ਇਸ ਕਰਕੇ ਇਹ ਵੀਰ ਸਾਡਾ ਫਗਵਾੜੇ 'ਚ ਇੱਕੋ ਹੀ ਇਹ ਇਨਸਾਨ ਆ ਜਿਹੜਾ ਹਮੇਸ਼ਾ ਮਾਂ ਬੋਲੀ ਨੂੰ ਹਮੇਸ਼ਾ ਹਰ ਸਾਲ ਯਾਦ ਕਰਾਉਂਦਾ ਸਾਰਿਆਂ ਨੂੰ ਔਰ ਸਾਰਿਆਂ ਨੂੰ ਲੜੀਵਾਰ ਜੋੜ ਕੇ ਰੱਖਦਾ। ਬਹੁਤ ਧੰਨਵਾਦ ਕਰਦਾ ਮੈਂ ਕਿੰਨੜਾ ਸਾਹਿਬ ਤੁਹਾਡਾ ਕਿ ਵੀ ਤੁਸੀਂ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਦੇ ਹਾਂ, ਤੁਹਾਡਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਆ। ਪਰਮਾਤਮਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ।